ਜੰਗਲ ਵਿਚ ਮਨੁੱਖ ਬੈਠਾ ਹੈ, ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਹੈ ਤੇ ਇਸ ਨੂੰ ਸੁਣੇ। ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ, ਸੁਰਤ ਦੇ ਤਿੰਨ ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਇਹ ਤੇ ਸਰੋਤਾ ਹੈ, ਸੁਰਤ ਦੇ ਚ ਸੁਣ ਰਿਹਾ ਹੈ ਤੇ ਜੇ ਸੁਣ ਰਿਹਾ ਤੇ ਸੁਰਤ ਆ ਜਾਏਗੀ, ਸਮਝ ਆ ਜਾਏਗੀ। ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ, ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਸ਼ਬਦ ਦੇ ਸੁਰਤ ਜੋੜਨੀ ਹੈ, ਸੁਣਨਾ ਤੇ ਸ਼ਬਦ ਕਰਕੇ ਸਮਝ ਆ ਜਾਏਗੀ, ਸ਼ਬਦ ਕਰਕੇ ਜੋੜਨਾ ਨਸੀਬ ਹੋ ਜਾਏ। ਉਹਦਾ ਦਰਵਾਜ਼ਾ ਹੈ, ਦਰ ਹੈ। ਸਫ਼ਰ ਦੇ ਚ ਮਨੁੱਖ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦੇਵੇ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਘਰ ਵਿਚ ਬੈਠਾ ਹੈ, ਵਾਹਿਗੁਰੂ ਵਾਹਿਗੁਰੂ ਦੀ ਦੋਨੋਂ ਅਲਾਪ ਰਿਹਾ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਜੰਗਲ ਦੇ ਚ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਜੋ ਸ਼ਬਦ ਦੇ ਰੂਪ ਵਿਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿਚ ਪ੍ਰਮਾਤਮਾ ਹੈ। ਜੋ ਪ੍ਰਕਾਸ਼ ਦੇ ਰੂਪ ਵਿਚ ਪ੍ਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਵਿਚ ਗੁਰੂ ਹੈ।